ਪੰਜਾਬ ਦੀਆਂ 13 ਲੋਕ ਸਭਾ ਸੀਟਾਂ, ਚੰਡੀਗੜ੍ਹ ਲੋਕ ਸਭਾ ਸੀਟ ਸਮੇਤ ਅੱਜ ਦੇਸ਼ ਭਰ ਦੇ ਵਿੱਚ 8 ਸੂਬਿਆਂ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ। 57 ਲੋਕ ਸਭਾ ਹਲਕਿਆਂ ਦੇ ਵਿੱਚ ਅੱਜ ਦੇਸ਼ ਭਰ ਵਿੱਚ ਚੋਣਾਂ ਹੋਈਆਂ। ਚੰਡੀਗੜ੍ਹ ਦੀ ਜੇਕਰ ਗੱਲ ਕਰੀਏ ਤਾਂ 5 ਵਜੇ ਤੱਕ ਚੰਡੀਗੜ੍ਹ ਦੇ ਵਿੱਚ 62.8 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 5 ਵਜੇ ਤੱਕ ਪੰਜਾਬ ਦੇ ਵਿੱਚ 55.20 ਫੀਸਦੀ ਮਤਦਾਨ ਹੋ ਚੁੱਕਾ ਹੈ। ਲੋਕ ਸਭਾ ਹਲਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 5 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ 48.55 ਫੀਸਦੀ, ਆਨੰਦਪੁਰ ਸਾਹਿਬ ਵਿੱਚ 55.2 ਫੀਸਦੀ, ਬਠਿੰਡਾ ਵਿੱਚ 59.25 ਫੀਸਦੀ, ਫਰੀਦਕੋਟ ਦੇ ਵਿੱਚ 54.38 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 54.55 ਫੀਸਦੀ, ਫਿਰੋਜ਼ਪੁਰ ਵਿੱਚ 57.68 ਫੀਸਦੀ, ਗੁਰਦਾਸਪੁਰ ਵਿੱਚ 58.34 ਫੀਸਦੀ, ਹੁਸ਼ਿਆਰਪੁਰ ਵਿੱਚ 52.39 ਫੀਸਦੀ, ਜਲੰਧਰ ਦੇ ਵਿੱਚ 53.66 ਫੀਸਦੀ, ਖਡੂਰ ਸਾਹਿਬ ਦੇ ਵਿੱਚ 55.90 ਫੀਸਦੀ, ਲੁਧਿਆਣਾ ਦੇ ਵਿੱਚ 52.22 ਫੀਸਦੀ, ਪਟਿਆਲਾ ਦੇ ਵਿੱਚ 58.18 ਫੀਸਦੀ ਅਤੇ ਸੰਗਰੂਰ ਦੇ ਵਿੱਚ 57.21 ਫੀਸਦੀ ਵੋਟਿੰਗ ਹੋਈ ਹੈ। ਦੱਸ ਦਈਏ ਕਿ ਅੱਜ 1 ਜੂਨ ਨੂੰ ਪੰਜਾਬ ਸਮੇਤ ਕੁੱਲ 8 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ। ਵੋਟਿੰਗ ਦਾ ਸਮਾਂ ਅੱਜ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੈ, ਯਾਨੀ ਕਿ ਸ਼ਾਮ 6 ਵਜੇ ਤੱਕ ਵੋਟਰ ਵੋਟ ਕਰ ਸਕਦੇ ਨੇ। ਸੋ ਇਸ ਸੰਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਬੀਪੀ ਸਾਂਝਾ ਦੇ ਨਾਲ।